ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਖਰੀਕਾ ਜੋਬ ਅਲਰਟ ਤੇ ਦੋਸਤੋ ਜੇਕਰ ਤੁਸੀਂ ਚੈਨਲ ਨੂੰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ ਦੋਸਤੋ ਪੀਟਰਪ੍ਰੈਸ ਵੀ ਵੱਲੋਂ ਵੱਡੀ ਅਪਡੇਟ ਨਿਕਲ ਕੇ ਆਈ ਆ ਪੀਟਰਪ੍ਰੈਸ ਵੀ ਜਾਨਕਿਆ ਦੀਨ ਸੇਵਾਵਾ ਚੋਣ ਬੋਰਡ ਵੱਲੋਂ ਜਨਤਕ ਨੋਟਿਸ ਜਾਰੀ ਕੀਤਾ ਗਿਆ ਇਸ਼ਤਿਹਾਰ ਨੰਬਰ 1 ਆਫ 2022 ਜਿਹਦਾ ਬੇਸ ਸਬਰੀ ਨਾਲ ਕੈਂਡੀਡੇਟਸ ਨੂੰ ਇੰਤਜ਼ਾਰ ਸੀਗਾ ਫਾਇਰਮੈਨ ਦੀ ਭਰਤੀ ਫਾਇਰਮੈਨ ਦੀ ਐਗਜ਼ਾਮ ਡੇਟ ਜਾਰੀ ਹੋ ਚੁੱਕੀ ਆ ਫਾਇਰਮੈਨ ਦਾ एग्जाम 1 10 2023 ਯਾਨੀ ਕਿ 1 ਅਕਤੂਬਰ 2023 ਨੂੰ ਹੋਣ ਜਾ ਰਿਹਾ ਦੋਸਤੋ ਨੋਟ ਕਰ ਲਓ ਤਾਂ ਫਾਇਰਮੈਨ ਦਾ ਬੜੇ ਕੈਂਡੀਡੇਟਸ ਨੂੰ ਲੰਮੇ ਸਮੇਂ ਤੋਂ ਫਾਇਰਮੈਨ ਦਾ ਇੰਤਜ਼ਾਰ ਕਰ ਰਹੇ ਸੀਗੇ ਇਹ ਦੋ ਤਰ੍ਹਾਂ ਦੀਆਂ ਪੋਸਟਾਂ ਆਈਆਂ ਸੀ ਇਸ਼ਤਿਹਾਰ ਨੰਬਰ 1/2022 ਚ ਇੱਕ ਡਰਾਈਵਰ ਦੀ ਭਰਤੀ ਸੀਗੀ ਤੇ ਇੱਕ ਫਾਇਰਮੈਨ ਦੀ ਤਾਂ ਲੋਕਲ ਗਵਰਨਮੈਂਟ ਡਿਪਾਰਟਮੈਂਟ ਦੇ ਵਿੱਚ ਇਹ ਫਾਇਰਮਨ ਰੱਖੇ ਜਾਣੇ ਸੀ ਰੈਗੂਲਰ ਭਰਤੀ ਸੀ ਕਾਫੀ ਵਧੀਆ ਪੋਸਟਾਂ ਫਾਇਰਮੈਨ ਦੀਆਂ ਨੰਬਰ ਆਫ ਪੋਸਟਾਂ ਹੈਗੀਆਂ ਸੀਗੀਆਂ ਤਾਂ ਇਹਦੇ ਵਿੱਚ ਮਲਟੀਪਲ ਕੈਂਡੀਡੇਟਸ ਨੇ ਅਪਲਾਈ ਕੀਤਾ ਸੀਗਾ ਤਾਂ ਹੁਣ ਆਪਣੀ ਤਿਆਰੀ ਖਿੱਚ ਲੋ ਦੋਸਤੋ ਕਿਉਂਕਿ ਅੱਜ ਜੇ ਦੇਖੀਏ ਤਾਂ 20 ਦਿਨ ਦਾ ਸਮਾਂ ਤੁਹਾਡੇ ਕੋਲ ਬਚਦਾ ਫਾਇਰਮੈਨ ਦੇ ਪੇਪਰ ਲਈ ਤਾਂ 20 ਦਿਨ ਦਿੱਤੇ ਆ ਪੀਟਰ ਪਲੱਸ ਵੀ ਨੇ ਤੁਹਾਨੂੰ ਤਿਆਰੀ ਲਈ ਤੇ ਚਾਰ ਜਾਂ ਪੰਜ ਦਿਨ ਪਹਿਲਾਂ ਤੁਹਾਨੂੰ ਐਡਮਿਟ ਕਾਰਡ ਫਾਇਰਮੈਨ ਦੇ ਜਾਰੀ ਹੋ ਜਾਣਗੇ ਵੈਬਸਾਈਟ ਤੇ ਆ ਜਾਣਗੇ ਜਦੋਂ ਵੀ ਆਉਣਗੇ ਤੁਹਾਡੇ ਤੱਕ ਉਹਦੀ ਅਪਡੇਟ ਜ਼ਰੂਰ ਲੈ ਕੇ ਆਵਾਂਗੇ ਤੇ ਫਿਲਹਾਲ ਦੀ ਇਹੀ ਅਪਡੇਟ ਆ ਕਿ ਆਪਣੀ ਤਿਆਰੀ ਖਿੱਚੋ ਜੋ ਵੀ ਪ੍ਰੀਵੀਅਸ ਪੇਪਰ ਵਗੈਰਾ ਹੈਗੇ ਆ ਪੀਟਰ ਪਲੱਸ ਵੀ ਨੇ ਪਿਛਲੇ ਸਮੇਂ ਲਏ ਆ ਤਾਂ ਉਹਨਾਂ ਦਾ ਜਿਹੜਾ ਪ੍ਰੀਵੀਅਸ ਪੇਪਰਸ ਦੀ ਤਿਆਰੀ ਕਰੋ ਠੀਕ ਹੈ ਕਿਉਂਕਿ ਉਹਨਾਂ ਕੁਐਸਚਨਸ ਤੋਂ ਜੇਕਰ ਤਿਆਰੀ ਕਰੋਗੇ ਤਾਂ ਕਾਫੀ अच्छी ਤਿਆਰੀ ਤੁਹਾਡੀ ਫਾਇਰਮੈਂਡੀ ਹੋ ਜਾਏਗੀ ਤੇ ਆਲ دی بیسਟ ਸਾਰਿਆਂ ਨੂੰ ਇਗਜ਼ਾਮ ਲਈ ਤੇ ਬਾਕੀ ਅਪਡੇਟਸ ਜਰ ਨਾਲ ਬਣੇ ਰਹੋ ਜੁੜੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ